ਬੀਬੀ ਜੀ ਕਮੈਂਟ ਕਰਦੇ ਨੇ ਕਿ ਮੈਂ ਅੰਮ੍ਰਿਤ ਵੇਲੇ ਸਿਮਰਨ ਕਰਦੀ ਹਾਂ, ਮੇਰੇ ਸ਼ਬਦ ਪ੍ਰਗਟ ਨੇ, ਪਰ ਜਦੋਂ ਮੈਂ ਉਹਨਾਂ ਨੂੰ ਸੁਣਦੀ ਹਾਂ ਤਾਂ ਮੇਰਾ ਸਿਰ ਭਾਰਾ ਹੁੰਦਾ ਹੈ, ਅਜਿਹਾ ਕਿਉਂ? ਜੇ ਤੁਹਾਡੇ ਅੰਦਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਪ੍ਰਗਟ ਹੋ ਗਏ ਨੇ ਤਾਂ ਇਹਨਾਂ ਸ਼ਬਦਾਂ ਨੂੰ ਸੁਣਨ ਲੱਗੇ ਸਾਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਸ਼ਬਦਾਂ ਦਾ ਪ੍ਰਗਟ ਹੋਣਾ ਆਤਮਿਕ ਰਾਹ 'ਤੇ ਤਰੱਕੀ ਦੀ ਨਿਸ਼ਾਨੀ ਹੈ। ਮਨ ਨੂੰ ਦਸਮ ਦੁਆਰ ਦੇ ਅੱਗੇ ਬਿਠਾਉਣਾ ਉਹ ਵਿਧੀ ਤੋਂ ਬਿਨਾਂ ਮੁਸ਼ਕਲ ਹੋ ਜਾਂਦਾ ਹੈ। ਜੇ ਸ਼ਬਦ ਸੁਣਨ ਦੇ ਨਾਲ ਸਿਰ ਭਾਰਾ ਹੁੰਦਾ ਹੈ ਤਾਂ ਇਸ ਦਾ ਮਤਲਬ ਕਿ ਵਿਧੀ ਠੀਕ ਨਹੀਂ ਲੱਗਦੀ। ਸ਼ਬਦਾਂ ਨੂੰ ਸੁਣਨ ਦੇ ਨਾਲ ਸਰੀਰ ਭਾਰਾ ਨਹੀਂ ਬਲਕਿ ਹਲਕਾ ਹੋ ਜਾਂਦਾ ਹੈ। ਜਦੋਂ ਅਸੀਂ ਵਿਚਾਰਾਂ ਦੇ ਵਿੱਚ ਸ਼ਬਦਾਂ ਨੂੰ ਸੁਣਦੇ ਹਾਂ ਜਾਂ ਜ਼ੋਰ ਲਾ ਕੇ ਸੁਣਦੇ ਹਾਂ ਤਾਂ ਸਿਰ ਭਾਰਾ ਹੁੰਦਾ ਹੈ। ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਦੇ ਲਈ ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਮਨ ਨੂੰ ਸਹਿਜ ਦੇ ਵਿੱਚ ਲਿਜਾਣਾ ਹੁੰਦਾ ਹੈ ਅਤੇ ਸਹਿਜ ਦੇ ਵਿੱਚ ਜੇ ਮਨ ਉਹਨਾਂ ਸ਼ਬਦਾਂ ਨੂੰ ਸੁਣੇਗਾ ਤਾਂ ਸੁੱਖ ਮਿਲੇਗਾ, ਕਿਉਂਕਿ ਸਹਿਜ ਦੇ ਵਿੱਚ ਮਨ ਨੂੰ ਕੋਈ ਫੁਰਨਾ ਨਹੀਂ ਆਉਂਦਾ। ਵਾਹਿਗੁਰੂ ਗੁਰਮੰਤਰ ਦਾ ਅਭਿਆਸ ਸਾਨੂੰ ਬੋਲ ਬੋਲ ਕੇ ਕਰਨਾ ਚਾਹੀਦਾ ਹੈ, ਸੰਗਤ ਦੇ ਵਿੱਚ ਵੀ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਵੀ ਅੰਦਰੋਂ ਅਜਿਹੇ ਸ਼ਬਦ ਸੁਣਦੇ ਨੇ ਤਾਂ ਵਿਚਾਰ ਰਹਿਤ ਹੋ ਕੇ ਸੁਣੋ ਤਾਂ ਸਾਡਾ ਸਰੀਰ, ਸਾਡਾ ਸਿਰ ਭਾਰਾ ਨਹੀਂ ਹੋਵੇਗਾ। ਜਿਵੇਂ ਜਿਵੇਂ ਮਨ ਇਹਨਾਂ ਸ਼ਬਦਾਂ ਨੂੰ ਸੁਣਦਾ ਜਾਵੇਗਾ, ਮਨ ਆਤਮਿਕ ਆਨੰਦ ਦੇ ਵਿੱਚ ਡੁਬਕੀਆਂ ਲਾਉਂਦਾ ਰਹੇਗਾ।